ਵਾਸੂ ਕੋਵਿਡ 19 ਦੇ ਜਿਹਨੇ ਦੁਨੀਆ ਭਰ ਦੇ ਵਿੱਚ ਮਾਮਲੇ ਨੇ 8 ਮਿਲੀਅਨ ਤੋਂ ਉੱਪਰ ਗਿਣਤੀ ਪਹੁੰਚ ਚੁੱਕੀ ਆ 80 ਲੱਖ 31381 ਲੋਕ ਇਸ ਵੇਲੇ ਪ੍ਰਭਾਵਿਤ ਹੋ ਚੁੱਕੇ ਨੇ ਅਪ੍ਰੋਕਸੀਮੇਟਲੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ 41 ਲੱਖ 41 ਲੱਖ ਤੋਂ ਵੀ ਉੱਪਰ ਠੀਕ ਹੋ ਚੁੱਕੇ ਨੇ ਪਰ ਜਿਹੜਾ ਇਹ ਅੰਕੜਾ ਹੈ ਜਿਹੜੇ ਨਵੇਂ ਕੇਸਿਸ ਦੀ ਗਿਣਤੀ ਆ ਹੁਣ ਆ 8 ਮਿਲੀਅਨ ਦੇ ਵਿੱਚੋਂ ਤਕਰੀਬਨ 2.1 ਮਿਲੀਅਨ ਤੇ ਇਕੱਲੇ ਅਮਰੀਕਾ ਜੀ ਨੇ ਤੇ ਆ ਇੰਡੀਆ ਦੇ ਵਿੱਚ ਵੀ ਹੁਣ ਕੇਸਿਸ ਦੀ ਗਿਣਤੀ 'ਚ ਬਹੁਤ ਵੱਡਾ ਵਾਧਾ ਵੇਖਿਆ ਗਿਆ ਹੁਣ ਜੇ ਦੁਨੀਆ ਭਰ ਦੇ ਵਿੱਚ ਨੰਬਰ ਆਫ ਕੇਸਿਸ ਦੀ ਗੱਲ ਕਰੀਏ ਇੰਡੀਆ ਚੌਥੇ ਨੰਬਰ ਤੇ ਆ ਗਿਆ ਯਸ ਤੇ ਵਿਜੇ ਜਦੋਂ ਅਸੀਂ ਇੱਥੇ ਬੀਸੀ ਦੇ ਵਿੱਚ ਦੇਖਦੇ ਹਾਂ ਤੇ ਲੋਕ ਹੁਣ ਪਾਰਕਸ ਵਿੱਚ ਜਾ ਰਹੇ ਨੇ ਪਿਕਨਿਕਸ ਕਰ ਰਹੇ ਨੇ ਬੀਚਸ ਤੇ ਜਾ ਰਹੇ ਨੇ ਹੂੰ ਪ੍ਰੋਟੈਸਟ ਦੇ ਵਿੱਚ ਜਾ ਰਹੇ ਨੇ ਪ੍ਰੋਟੈਸਟ ਜਾ ਰਹੇ ਨੇ ਤੇ ਇਦਾਂ ਲੱਗਦਾ ਕਿ ਕੋਵਿਡ-19 ਹੈ ਹੀ ਨਹੀਂ ਇੱਕ ਮੇਰੇ ਖਿਆਲ ਸਭ ਤੋਂ ਵੱਡੀ ਗੱਲ ਇਹ ਆ ਨਾ ਕਿ ਇਹ ਜੀ ਰਿਸਰਜੈਂਸ ਕੀ ਹੋਏਗੀ ਵਾਇਰਸ ਦੀ ਸੈਕੰਡ ਵੇਵ ਕਹੋ ਜੀ ਹੋਏਗੀ ਜੇਵਾਸੂ ਆਪਾਂ ਪਿਛਲੇ ਹਫਤੇ ਦੇ ਅੰਕੜੇ ਵੇਖੀਏ ਜਿਹੜੇ ਬੀਸੀ ਦੇ ਵਿੱਚ ਕੇਸਿਸ ਰਿਪੋਰਟ ਹੋਏ ਨੇ ਮਾਮੂਲੀ ਜਾਂ ਵਾਧਾ ਤੇ ਦਰਜ ਹੋਇਆ ਹੂੰ ਹੁਣ ਜਿਹੜੇ ਨੰਬਰ ਆਫ ਕੇਸਿਸ ਪਹਿਲਾਂ ਇੱਕ ਟਾਈਮ ਇਹੋ ਜਿਹਾ ਸੀ ਸਿੰਗਲ ਡਿਜੀਟਸ ਦੇ ਵਿੱਚ ਆ ਗਏ ਸੀ ਅੱਜ ਉਹ ਸੈਕੰਡ ਇਨਕਿਊਬੇਸ਼ਨ ਪੀਰੀਅਡ ਦਾ ਅੱਜ ਖਤਮ ਹੁੰਦਾ ਹੁਣ ਇਹ ਹਫਤਾ ਬੜਾ ਕਰੂਸ਼ੀਅਲ ਰਹਿਣਾ ਕਿ ਨੰਬਰ ਆਫ ਕੇਸਿਸ ਕਿਹੋ ਜਿਹਾ ਹੁੰਦੇ ਨੇ ਪਰ ਜਿਹੜੇ ਮੁਲਕ ਤੋਂ ਇਹ ਕੋਵਿਡ-19 ਦੇ ਮਾਮਲਿਆਂ ਦਾ ਸਿਲਸਲਾ ਸ਼ੁਰੂ ਹੋਇਆ ਸੀ ਚਾਈਨਾ ਚਾਈਨਾ ਦੇ ਵਿੱਚ ਹੁਣ ਨਵੇਂ ਕੇਸ ਸਾਹਮਣੇ ਆਏ ਨੇ ਬੇਜਿੰਗ ਦੇ ਵਿੱਚ ਇੱਕ ਮਾਰਕੀਟ ਆ ਜਿਹੜੀ ਕਿ ਹੋਲਸੇਲ ਫੂਡ ਮਾਰਕੀਟ ਆ ਉੱਥੇ ਕਹਿੰਦੇ ਵੀ ਯੂਰਪ ਤੋਂ ਆਏ ਕਿਸੇ ਵਿਅਕਤੀ ਤੋਂ ਇਹ ਉੱਥੇ ਫੈਲਣਾ ਸ਼ੁਰੂ ਹੋਇਆ ਤੇ ਕੇਸਿਸ ਦੀ ਗਿਣਤੀ ਕਾਫੀ ਵੱਧ ਚੁੱਕੀ ਆ ਵਿਜੇ ਉਹਹਾਂ ਦੀ ਜਿਹੜੀ ਸੀ ਫੂਡ ਮਾਰਕੀਟ ਸੀ ਜਿੱਥੋਂ ਇਹ ਵਾਇਰਸ ਸਭ ਤੋਂ ਪਹਿਲਾਂ ਫੈਲਿਆ ਸੀ ਜੀ ਉਸ ਮਾਰਕੀਟ ਤੋਂ ਜਿਹੜੀ ਆ ਹੋਲਸੇਲ ਮਾਰਕੀਟ ਦਾ ਤੁਸੀਂ ਜ਼ਿਕਰ ਕੀਤਾ ਵੀ ਗੁਣਾ ਵੱਡੀ ਹੈ ਹਾਂ 20 ਗੁਣਾ ਜ਼ਿਆਦਾ ਵਸੋ ਏਸ਼ੀਆ ਦੀ ਜਿਹੜੀਆਂ ਸਭ ਤੋਂ ਵੱਡੀਆਂ ਫੂਡ ਮਾਰਕੀਟਸ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਇਹ ਸਭ ਤੋਂ ਵੱਡੀ ਏਸ਼ੀਆ ਦੀ ਫੂਡ ਮਾਰਕੀਟ ਹੈ ਸਭ ਤੋਂ ਵੱਡੀ ਹੈ ਇਹ ਹਰ ਰੋਜ਼ 1500 ਟਨ ਸੀ ਫੂਡ ਇੱਥੇ ਟ੍ਰੇਡ ਹੁੰਦਾ 18000 ਟਨ ਸਬਜ਼ੀਆਂ ਰੋਜ਼ਾਨਾ ਹੈ ਹਫ਼ਤੇ ਦੀਆਂ ਨਹੀਂ ਐਵਰੀ ਡੇ 1500 ਟਨ ਸੀ ਫੂਡ 18000 ਟਨ ਸਬਜ਼ੀਆਂ 20000 ਟਨ ਫਰੂਟਸ ਹਮ ਮੇਰੇ ਇੱਕ ਸੌਕਰ ਫੀਲਡ ਹੁੰਦਾ ਨਾ ਹਮ 160 ਸੌਕਰ ਫੀਲਡ ਜਿੰਨਾ ਥਾਂ ਹੈ ਇਸ ਕੋਲ ਸੇਲ ਮਾਰਕੀਟ ਦਾ ਜ਼ਿੰਫਾੜੀ ਮਾਰਕੀਟ ਕਹਿੰਦੇ ਇਹਨੂੰ ਹਮ ਤੇ 160 ਸੌਕਰ ਫੀਲਡ ਜਿੰਨਾ ਇਹਦਾ ਜੀ ਕਿਰਾ ਹਾਂ ਅੱਛਾ ਹੁਣ ਜਿੱਥੇ ਇਹ ਇਨਫੈਕਸ਼ਨ ਦੇ ਉੱਥੇ ਫੈਲੀਆਂ ਇਹ 50 ਤੋਂ ਉੱਪਰ ਗਿਣਤੀ ਉੱਥੇ ਇੱਕ ਕਲਸਟਰ ਦੀ ਹੋ ਚੁੱਕੀ ਆ ਮਾਰਕੀਟ ਇੱਕ ਤੇ ਬੰਦ ਕਰ ਦਿਤੀ ਆ ਜਿਹੜਾ ਇਹ ਨੇਬਰਿੰਗ ਪ੍ਰੋਵਿੰਸ ਆ ਉਹਦੇ ਵਿੱਚ ਵੀ ਇਨਫੈਕਸ਼ਨ ਫੈਲ ਚੁੱਕੀ ਆ ਹੁਣ ਯੈਸ ਵਿਜੇ ਲਾਉਨਿੰਗ ਤੇ 헤베 ਉਹ ਪਹਿਲਾਂ ਹੁਬੇ ਸੀ ਇਹ ਬੇ ਸੀ 헤베 ਹੈ ਹੋ ਰਹਾ ਤੇ ਇੱਕ ਹੈਗਾ ਸਿਚੁਆਨ ਇਹ ਸਾਊਥ ਦੇ ਵਿੱਚ ਆ ਜਿਹਦੇ ਪਹਿਲਾਂ ਮੈਂ ਦੋ ਦੱਸੇ ਉਹ ਨਾਰਥ ਦੇ ਵਿੱਚ ਨੇ ਇੱਥੇ ਵੀ ਕੇਸਸ ਇਸੇ ਮਾਰਕੀਟ ਨਾਲ ਲਿੰਕਡ ਸਾਹਮਣੇ ਆ ਗਏ ਨੇ ਤੇ ਇੱਕ ਜਿਹੜਾ ਬਾਉਡਿੰਗ ਸ਼ਹਿਰ ਹੈ ਇੰਡਸਟਰੀਅਲ ਸਿਟੀ ਹੈ ਟੂਵਰਡਸ ਦਾ ਸਾਊਥ-ਵੈਸਟ ਆਫ ਬੇਜਿੰਗ ਹੁਣ ਉੱਥੇ ਵੀ ਉਹਨਾਂ ਨੇ ਪੂਰੇ ਚੈੱਕਪੋਸਟ ਵਗੈਰਾ ਲਗਾ ਦਿੱਤੇ ਕਹਿੰਦੇ ਕਿ ਬੇਜਿੰਗ ਤੋਂ ਨੂੰ ਸੀ ਕਿਸੇ ਨੂੰ ਆਣ ਨਹੀਂ ਦੇਣਾ ਜਿਹੜਾ ਹਾਂਜੀ ਬੇਜਿੰਗ ਦੇ ਵਿੱਚ ਵੀ ਹ ਹੁਣ ਜਿਹੜਾ ਉੱਥੇ ਸਕੂਲ ਜਿਹੜੇ ਨੇ ਬੰਦ ਕਰ ਦਿੱਤੇ ਗਏ ਦੁਬਾਰਾ ਉੱਥੇ ਵੀ ਸਿਕਿਉਰਿਟੀ ਚੈਕਸ ਲਗਾ ਦਿੱਤੇ ਗਏ ਨੇ ਤੇ ਹੁਣ ਉੱਥੇ 90 ਹਜ਼ਾਰ ਰੈਜ਼ਿਡੈਂਟਸ ਨੂੰ ਦੁਬਾਰਾ ਟੈਸਟ ਕੀਤਾ ਜਾਣਾ ਕੋਵਿਡ-19 90000 90000 ਪੀਪਲ ਹੁਣ ਤੁਸੀਂ ਇਹ ਵੇਖੋ ਜਿਹੜੇ ਇਹਦਾ ਪਹਿਲਾ ਕੇਸ ਸੀ ਨਾ ਉਹ ਵਸੂ 12 ਜੂਨ ਨੂੰ ਸਾਹਮਣੇ ਆਇਆ ਸੀ ਇਸ ਮਾਰਕੀਟ ਨਾਲ ਲਿੰਕਡ ਸੋ ਅੱਜ 3 ਦਿਨ ਪਹਿਲਾਂ ਦੀ ਗੱਲ ਹੀ ਆ 12 ਜੂਨ ਨੂੰ ਸਾਹਮਣੇ ਆਇਆ ਪਹਿਲਾ ਕੇਸ ਹੁਣ ਉਹਦੇ ਵਿੱਚੋਂ ਤਕਰੀਬਨ 50 ਤੋਂ ਵੀ ਜ਼ਿਆਦਾ ਕੇਸੇਸ ਦੀ ਗਿਣਤੀ ਵੱਧ ਚੁੱਕੀ ਆ ਮੇਰੇ ਬੇਜਿੰਗ ਦੇ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ ਕੋਈ ਨਵੀਂ ਇਨਫੈਕਸ਼ਨ ਸਾਹਮਣੇ ਨਹੀਂ ਸੀ ਆਈ ਤੇ ਪਿਛਲੇ 4 ਦਿਨਾਂ ਦੇ ਵਿੱਚ 79 ਕੇਸੇ ਸਾਹਮਣੇ ਆ ਗਏ ਬੇਜਿੰਗ ਦੇ ਵਿੱਚ ਤੇ ਮੋਸਟ ਆਫ ਥੇਮ ਆਰ ਲਿੰਕ ਟੂ ਦਿਸ ਮਾਰਕੀਟ ਤੇ ਇਸ ਮਾਰਕੀਟ ਦੇ ਹੁਣ ਕਹ ਰਹੇ ਨੇ ਕਿ ਬੇਜਿੰਗ ਹੁਣ ਚਾਈਨਾ ਦਾ ਇਹ ਕਹਿਣਾ ਕਿ ਜਿਹੜੇ ਕਹਿੰਦੇ ਡੀਐਨਏ ਸੀਕੁਐਂਸਿੰਗ ਕੀਤੀ ਇਸ ਵਾਇਰਸ ਦੀ ਤੇ ਕਹਿੰਦੇ ਉੱਥੋਂ ਕਾਫੀ ਹੱਦ ਤੱਕ ਪ੍ਰੂਫ ਹੁੰਦਾ ਕਿ ਯੂਰਪ ਤੋਂ ਆਇਆ ਹੈ ਯੂਰਪ ਤੋਂ ਆਇਆ ਹੈ ਸੋ ਜਿੱਥੇ-ਜਿੱਥੇ ਹੁਣ ਲਾਕਡਾਊਨਸ ਦੇ ਵਿੱਚ ਰੈਸਟ੍ਰਿਕਸ਼ਨਸ ਦਿੱਤੀਆਂ ਰੈਸਟ੍ਰਿਕਸ਼ਨਸ ਹਟਾਈਆਂ ਜਾ ਰਹੀਆਂ ਨੇ ਉੱਥੇ-ਉੱਥੇ ਨਾਲ-ਨਾਲੇ ਪੈਰਲਲ ਫਿਕਰ ਹੈ ਹੁਣ ਅਮਰੀਕਨ ਅਮਰੀਕਾ ਦੀਆਂ ਕਈ ਸਟੇਟਸ ਦੇ ਵਿੱਚ ਅਸੀਂ ਵੇਖ ਚੁੱਕੇ ਹਾਂ ਕਿ ਜਿਹੜੀਆਂ ਸਟੇਟਸ ਦੇ ਵਿੱਚ ਰੈਸਟ੍ਰਿਕਸ਼ਨਸ ਹਟਾਈਆਂ ਗਈਆਂ ਉੱਥੇ ਕੇਸਿਸ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਚੁੱਕਾ ਉੱਥੇ ਤੇ ਹੁਣ ਹੋਰ ਖਲਾਾਰੇ ਬਹੁਤ ਪਏ ਹੋਏ ਨੇ ਜਿੱਥੇ ਕੋਵਿਡ-19 ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਸੀ ਹੁਣ ਇਹ ਕਈ ਵਾਰ ਐ ਪ੍ਰਤੀਤ ਹੁੰਦਾ ਵੀ ਇਹ ਬੈਕ ਸੀਟ ਲੈ ਚੁੱਕਾ ਹੁਣ ਜਿਹੜੇ ਪ੍ਰੋਟੈਸਟਸ ਨੇ ਜਿਹੜੇ ਬਾਕੀ ਬਲੈਕ ਲਾਈਵਜ਼ ਮੈਟਰ ਦੀ ਮੂਵਮੈਂਟ ਹੈ ਉਹ ਹੁਣ ਫਰੰਟ ਐਂਡ ਸੈਂਟਰ ਹੋ ਗਈ ਹੈ। ਮੇਰੇ ਇੱਥੇ ਇਹ ਗੱਲ ਦੱਸਣਾ ਜ਼ਰੂਰੀ ਹੈ ਕਿ ਹੁਣ ਬੇਜਿੰਗ ਦੇ ਵਿੱਚ ਲੋਕਾਂ ਨੂੰ ਦੁਬਾਰਾ ਕਿਹਾ ਜਾ ਰਿਹਾ ਹੈ ਕਿ ਤੁਸੀਂ ਵੱਡੀਆਂ ਕਰਾਊਡਸ ਦੇ ਵਿੱਚ ਨਾ ਜਾਓ। ਵੱਡੇ ਇਕੱਠ ਦੇ ਵਿੱਚ ਨਾ ਜਾਓ ਤੇ ਇਹ ਦਾ ਮੈਂ ਕਹਿ ਰਿਹਾ ਕਿਉਂਕਿ ਇਥੇ 20 ਦੇ ਵਿੱਚ ਅਸੀਂ ਥੋੜੇ ਜ਼ਿਆਦਾ ਉਹ ਸਿਲਸਿਲਾ ਕੈਜੂਅਲ ਹੁੰਦੇ ਜਾ ਰਿਹਾ ਹੈ। ਉਹ ਸਿਲਸਿਲਾ ਅਜੇ ਇੱਥੇ ਸ਼ੁਰੂ ਹੋ ਹੀ ਰਿਹਾ ਹੈ ਕਿ ਅਸੀਂ ਰੈਸਟ੍ਰਿਕਸ਼ਨਸ ਤੋਂ ਹਟ ਰਹੇ ਹਾਂ ਤੇ ਗੱਲ ਇਹ ਹੈ ਕਿ ਬਸ ਇੱਕ ਵਾਰ ਤੇ ਲੋਕੀ ਮੰਨ ਗਏ ਸੀ ਹੁਣ ਜੇ ਜਿੰਨ ਬੋਤਲ ਚ ਬਾਹਰ ਨਿਕਲਿਆ ਤੇ ਕੀ ਵਾਪਸ ਪਾਣਾ ਉਨਾ ਹੀ ਸੌਖਾ ਰਹੇਗਾ ਚਾਇਨਾ ਦੇ ਵਿੱਚ ਹਰ ਹਾਲ ਤੱਕ ਡਿਫਰੈਂਟ ਆ ਉਹ ਕਹਿੰਦੇ ਨੇ ਤੇ ਫਿਰ ਮੰਨਵਾਉਂਦੇ ਨੇ ਇੱਥੇ ਬੇਨਤੀ ਕੀਤੀ ਜਾਂਦੀ ਹੈ ਤੇ ਫਿਰ ਉਮੀਦ ਕੀਤੀ ਜਾਂਦੀ ਹੈ ਵੀ ਲੋਕੀ ਮੰਨ ਲੈਣਗੇ ਇੱਥੇ ਤਾਂ ਪੁਲਿਸ ਵੀ ਜੇ ਫੋਰਸ ਇਸਤੇਮਾਲ ਕਰੇ ਤੇ ਜੀ ਪ੍ਰੋਬਲਮ ਹੁੰਦੀ ਹੈ ਵੀ ਜੇ ਉੱਥੇ ਹੁਣ ਕੰਟੈਕਟ ਟ੍ਰੇਸਿੰਗ ਵੀ ਕੀਤੀ ਜਾ ਰਹੀ ਹੈ ਆਫੀਸ਼ੀਅਲ ਹੁਣ ਡੋਰ ਨਾਕਿੰਗ ਕਰ ਰਹੇ ਨੇ ਉੱਥੇ ਜਾ ਕੇ ਜਿਹੜਾ ਜਿਹੜਾ ਵੀ ਕੋਈ ਲੱਗਦਾ ਕਿ ਇਹਦਾ ਲਿੰਕ ਹੋ ਸਕਦਾ ਇਸ ਮਾਰਕੀਟ ਦੇ ਨਾਲ ਉਹਨਾਂ ਦੇ ਘਰਾਂ ਦੇ ਜਾ ਕੇ ਦਰਵਾਜ਼ੇ ਖੜਕੜਾਏ ਜਾ ਰਹੇ ਨੇ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹੁਣ ਪ੍ਰੀਕਾਸ਼ਨਸ ਦੁਬਾਰਾ ਤੋਂ ਲਵੋ ਤੇ ਆਪਣੇ ਆਪ ਨੂੰ ਵੀ ਤੇ ਆਪਣੇ ਨਾਲ ਦੇਆਂ ਨੂੰ ਵੀ ਸੇਫ